ਸਾਨੂੰ ਜੀ ਪਰਸੋਂ ਪਤਾ ਲੱਗਾ 21 ਤਰੀਕ ਨੂੰ 9 ਵਜੇ ਸਵੇਰੇ ਵੀ ਸੀਰੀਅਸ ਬੱਚਾ ਤੁਹਾਡਾ ਡਿਊਟੀ ਜੀ ਰੰਗੀ ਜਾਏਗੀ 16 ਸਿੱਖ। ਬਟਾਲਾ ਦੇ ਪਿੰਡ ਰੰਗੜ ਨੰਗਲ ਦਾ ਫੌਜੀ ਜਵਾਨ ਨਾਇਕ ਗਗਨਦੀਪ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਗਗਨਦੀਪ ਸਿੰਘ 16 ਸਿੱਖ ਰੈਜੀਮੈਂਟ ਵਿੱਚ ਅਸਾਮ ਦੇ ਰੰਗਿਆ ਵਿੱਚ ਤੈਨਾਤ ਸੀ, ਜਿੱਥੇ ਡਿਊਟੀ ਦੌਰਾਨ ਅਚਾਨਕ ਉਸਦੀ ਤਬੀਅਤ ਖਰਾਬ ਹੋਣ ਕਾਰਨ ਮੌਤ ਹੋ ਗਈ। ਸ਼ਹੀਦ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਪਤਨੀ ਅਤੇ 2 ਬੱਚੇ ਛੱਡ ਗਿਆ ਹੈ। ਗਗਨਦੀਪ ਸਿੰਘ ਦਾ ਉਸਦੇ ਜੱਦੀ ਪਿੰਡ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸਾਨੂੰ ਪਰਸੋਂ ਪਤਾ ਲੱਗਾ 21 ਤਰੀਕ ਨੂੰ। ਸੁਭਾਅ ਬਹੁਤ ਵਧੀਆ ਹੈ, ਬਹੁਤ ਵਧੀਆ ਹੈ, ਘਰ ਬਹੁਤ ਵਧੀਆ, ਮੇਰੇ ਨਾਲ ਬਹੁਤ ਜ਼ਿਆਦਾ ਰੱਖਦਾ ਹੈ, ਭਤੀਜਾ ਮੈਂ ਚਾਚਾ ਹੋਣਾ ਸਕਦਾ। ਹਾਂਜੀ, ਮੇਰੇ ਨਾਲ ਬਹੁਤ ਕਰਦਾ ਸੀ, ਉਹਨਾਂ ਆਪਣੇ ਡੈਡੀ ਨਾਲ ਨਹੀਂ ਕਰਦਾ, ਜਿੰਨਾ ਮੇਰੀ ਗੱਲ ਮੰਨਦਾ ਸੀ, ਹਰ ਗੱਲ ਮੰਨਦਾ ਸੀ ਮੇਰੇ ਸਾਰ। ਕਿੰਨਾ ਗਗਨਦੀਪ ਸਿੰਘ? ਹਾਂਜੀ, ਮੈਂ ਨਿੱਕਾ ਪਾਲਿਆ, ਬੜਾ ਔਖਾ ਪਾਲਿਆ, ਬੁਰਕਿਆਂ ਦੇ ਪਾਲਿਆ ਮੈਂ ਇਹਨੂੰ। ਹਾਂਜੀ, ਨਹੀਂ ਇਹ ਫਿਰ 2 ਡੈਡੀ ਫੌਜੀ, ਇਹਦਾ ਚਾਚਾ ਫੌਜੀ ਇੱਕ, ਮੈਂ ਕਹਿੰਦਾ ਵਾਹੀ ਕਰਦਾ ਹਾਂ, 2 ਭਰਾ ਮੇਰੇ ਫੌਜੀ ਸੀਗੇ। ਹਾਂਜੀ, ਇਹਨਾਂ ਦੇ ਦਾਦੀ ਆ, ਇਹਦੀ ਮੰਮੀ ਆ, ਡੈਡੀ ਆ, ਛੋਟਾ ਭਰਾ ਵਾ ਅਤੇ 2 ਬੇਟੇ ਕਰਦੀ ਆ ਇਹਦੀ। ਲਾਸਟ ਵਾਲੀ ਗੱਲ ਹੁੰਦੀ ਰਹਿੰਦੀ ਇਸ ਤਰ੍ਹਾਂ ਦੀ। ਹਾਂਜੀ, ਉਸ ਦਿਨ 11 ਵਜੇ ਗੱਲ ਹੋਈ, ਪਰਸੋਂ 20 ਤਰੀਕ ਨੂੰ 11 ਵਜੇ ਗੱਲ, ਫਿਰ ਨਹੀਂ ਗੱਲ ਹੋਈ। ਹਾਂਜੀ, 1 10 ਸਾਲ ਆ, 1 ਦੀ 5 ਸਾਲ ਆ। ਹਾਂਜੀ ਹਾਂਜੀ, ਇਹਨੂੰ ਮੇਰੀ 31 ਸਾਲ ਉਮਰ ਸਾਰੀ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਸ਼ੀ ਟੀਵੀ।